ਦੇਖੋ ਜੀ, ਕੱਲ੍ਹ ਮੈਨੂੰ ਇੱਕ ਵੀਡੀਓ ਵਟਸਐਪ 'ਤੇ ਆਈ ਸੀ ਜਿਹਦੇ ਵਿੱਚ ਆਪਣਾ ਚਾਈ ਵਾਲਾ ਉਹਦੇ ਵਿੱਚ ਪੀਜ਼ਾ ਦੇ ਵਿੱਚ ਜਿਸ 'ਤੇ ਅਸੀਂ ਐਕਸ਼ਨ ਐਂਡੋਇਡ ਨਹੀਂ ਦੇ ਕੇ ਅੱਜ ਅਸੀਂ ਇੱਥੇ ਆਏ ਹਾਂ। ਉਹਨਾਂ ਦੀ ਕਿਚਨ ਦੀ ਇੰਸਪੈਕਸ਼ਨ ਕੀਤੀ ਹੈ, ਕਿਚਨ ਦੇ ਵਿੱਚ ਡਸਟਬਿਨ ਸੀਗੇ, ਉਹ ਅਨਕਵਰ ਸੀ, ਔਰ ਦੇਖੋ ਜੀ, ਕੱਲ੍ਹ ਮੈਨੂੰ ਇੱਕ ਵੀਡੀਓ ਵਟਸਐਪ 'ਤੇ ਆਈ ਸੀ ਜਿਹਦੇ ਵਿੱਚ ਜਿਹੜਾ ਆਪਣਾ ਚਾਈ ਵਾਲਾ ਰਣਜੀਤ ਆਦਮੀ ਹੈ ਇਹਦੇ ਇੱਕ ਪੀਜ਼ਾ ਦੇ ਵਿੱਚ ਸਕਰੀਨ ਚੱਲੀ ਫੈਕਟਰੀ ਸੀ, ਜਿਸ 'ਤੇ ਅਸੀਂ ਐਕਸ਼ਨ ਐਂਡੋਇਡ ਨਹੀਂ ਦੇ ਕੇ ਅੱਜ ਅਸੀਂ ਇੱਥੇ ਆਏ ਹਾਂ। ਇਹਨਾਂ ਦੀ ਕਿਚਨ ਦੀ ਇੰਸਪੈਕਸ਼ਨ ਕੀਤੀ ਹੈ, ਕਿਚਨ ਦੇ ਵਿੱਚ ਇਹਨਾਂ ਦੇ ਡਸਟਬਿਨ ਸੀਗੇ ਉਹ ਅਨਕਵਰਡ ਸੀ, ਔਰ ਚੋਪਿੰਗ ਬੋਰਡ ਵੀ ਜਿਹੜੇ ਸੀ ਕੰਟੈਮੀਨੇਟਡ ਸੀ, ਐਂਡ ਕੁਛ ਇੱਕ ਅੱਧਾ ਬੇਸਣ ਦਾ ਪੈਕਟ ਸੀ ਰੱਖ ਕੇ ਹੋਇਆ ਸੀ, ਐਕਸਪਾਇਰਡ ਸੀ, ਉਸਨੂੰ ਅਸੀਂ ਸਟ੍ਰਾਈਕ ਕਰਾ ਦਿੱਤਾ, ਔਰ ਇਹਨਾਂ ਦੇ ਬੈਗ ਨਹੀਂ ਸੀ ਉਹਦਾ ਅਸੀਂ ਸੈਂਪਲ ਲੈ ਲਿਆ, ਜਿਸ ਚਾਈ 'ਤੇ ਪੱਤੀ ਯੂਜ ਕਰਦੇ ਹੋ ਉਹਦਾ ਸੈਂਪਲ ਲੈ ਲਿਆ, ਔਰ ਨਾਲ ਹੀ ਆਪਾਂ ਇਹਨਾਂ ਨੂੰ ਵਾਪਸ ਇਸ਼ੂ ਕਰ ਦਿੱਤਾ। ਜਿਹੜੀ ਮੇਰੀ ਇਹੀ ਹੈ ਕਿ ਸਾਨੂੰ ਡਿਪਾਰਟਮੈਂਟ ਨੂੰ ਲਗਾਤਾਰ ਜਿਹੜਾ ਸੁੰਡੀਆਂ ਵਗੈਰਾ ਵਾਲੇ ਕੰਪਲੇਂਟਸ ਜਿਹੜੀਆਂ ਬੜੇ ਰੈਸਟੋਰੈਂਟਸ ਤੋਂ ਪਿਛਲੇ ਕੱਲ੍ਹ ਸਾਡੇ ਪੈਲਸ ਵਾਲੇ ਕੰਪਲੇਂਟ ਸੀ, ਸੋ ਡਿਪਾਰਟਮੈਂਟ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਜਿਹੜੇ ਰੈਸਟੋਰੈਂਟਸ ਦੀ ਕਿਚਨ ਦੀ ਹਾਈਜੀਨ ਦੀ ਆ ਸਹੀ ਕਰੋ, ਸਹੀ ਤਰੀਕੇ ਦੇ ਨਾਲ ਆਪਣਾ ਜਿਹੜਾ ਹੈ ਚੀਜ਼ਾਂ ਨੂੰ ਪ੍ਰਪੇਅਰ ਕਰੋ, ਐਕਸਪਾਇਰਡ ਆਈਟਮਸ ਨੂੰ ਜਿਹੜਾ ਹੈਗਾ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਜੇਕਰ ਫਿਰ ਵੀ ਇਹ ਤੁਸੀਂ ਲੋਕ ਨਹੀਂ ਸਮਝਦੇ ਤਾਂ ਡਿਪਾਰਟਮੈਂਟ ਨੇ ਜਿਹੜਾ ਆਪਣਾ ਸਖਤ ਰੁੱਖ ਜਿਹੜਾ ਅਖਤਿਆਰ ਕਰਨਾ। ਲੋਕ ਕਿਉਂ ਨਹੀਂ ਸਮਝਦੇ, ਸਮਾਨ ਜਿਹੜਾ ਰੱਖਦੇ ਨੇ ਤਰੀਕਾ ਲੰਘ ਜਾਂਦੇ ਨੇ, ਐਕਸਪਾਇਰ ਹੋ ਜਾਂਦਾ, ਕਿਉਂ ਨਹੀਂ ਇਹ ਸਮਝਦੇ? ਦੇਖੋ ਗੱਲ ਇਸ ਤਰ੍ਹਾਂ ਹੁੰਦੀ ਹੈ ਜੀ, ਜਿਸ ਤਰ੍ਹਾਂ ਇਹ ਕੀ ਕਰਦੇ ਆ ਇਹ ਜਿਸ ਤਰ੍ਹਾਂ ਸਾਡੇ ਸਟੋਰਸ ਨੇ ਉੱਥੇ ਕੀ ਹੁੰਦਾ 15 ਦਿਨ 20 ਦਿਨ ਜਾਂ 30 ਦਿਨ ਪਹਿਲਾਂ ਐਕਸਪਾਇਰੀ ਤੋਂ ਸਮਾਨ ਹੀ ਲੈ ਆਉਂਦੇ ਆ, ਔਰ ਇਹਨਾਂ ਦਾ ਜਿਹੜਾ ਯੂਜ਼ ਘੱਟ ਹੋਣ ਕਰਕੇ ਇਹ ਫਿਰ ਉਸ 'ਤੇ ਧਿਆਨ ਨਹੀਂ ਦਿੰਦੇ ਕਿ ਚੀਜ਼ ਐਕਸਪਾਇਰਡ ਹੋ ਚੁੱਕੀ ਹੈ। ਸੋ ਮੇਰੀ ਹੁਣ ਸਾਡੀ ਵੀ ਸਾਨੂੰ ਕਿਉਂਕਿ ਲਗਾਤਾਰ ਇੱਕ ਤੋਂ ਬਾਅਦ ਕੰਪਲੇਂਟਸ ਆ ਰਹੀਆਂ, ਤਾਂ ਡਿਪਾਰਟਮੈਂਟ ਵੀ ਅਗਰ ਇਹੋ ਜਿਹਾ ਕੰਮ ਤੁਸੀਂ ਲੋਕ ਕਰੋਗੇ ਤਾਂ ਡਿਪਾਰਟਮੈਂਟ ਫਿਰ ਸਖਤ ਤੋਂ ਸਖਤ ਐਕਸ਼ਨ ਲਏਗਾ, ਫਿਰ ਨਾ ਕਿਹਾ ਜਾਵੇ ਕਿ ਸਾਨੂੰ ਜਿਹੜਾ ਡਿਪਾਰਟਮੈਂਟ ਤੰਗ ਕਰਦੇ। ਇਹ ਦੇਖੋ ਨਹੀਂ, ਚੀਜ਼ ਇਸ ਤਰ੍ਹਾਂ ਹੁੰਦਾ ਜਦੋਂ ਕੋਈ ਚੀਜ਼ ਦੇ ਅਸੀਂ ਬੈਸਟ ਬਿਫੋਰ ਲਿਖੀ ਹੈ ਡੇਟ, ਤਾਂ ਇਟ ਮੀਨਸ ਕਿ ਉਸ ਤੋਂ ਬਾਅਦ ਉਹਦੀ ਜਿਹੜੀ ਚੀਜ਼ਾਂ ਦੀ ਖਾਣ ਦੀ ਜਿਹੜੀ ਦੇ ਨਾਲ ਕਈ ਤਰੀਕੇ ਦੀ ਕੰਸਟੀਟਿਊਸ਼ਨਸ ਆ ਸਕਦੀਆਂ। ਯੈਸ, ਅਗਰ ਕੋਈ ਵੀ ਚੀਜ਼ ਮਤਲਬ 1-2 ਸਾਲ ਤੋਂ ਵੱਧ ਐਕਸਪਾਇਰਡ ਹੈ ਤਾਂ ਓਬਵੀਅਸਲੀ ਉਹਦੇ ਨਾਲ ਕੋਈ ਨਾ ਕੋਈ ਵੀ ਮਿਸਹੈਪਨਿੰਗ ਵੀ ਹੋਣ ਦੇ ਚਾਂਸਿਸ ਰਹੇ। ਤੁਸੀਂ ਜੁਰਮਾਨਾ ਪਾਇਆ ਜਾਂ ਕੋਈ? ਨਹੀਂ, ਅਸੀਂ ਸੈਂਪਲ ਲੈ ਲਏ ਜੀ, ਉਹ ਨਾਲ ਚਲਾਨ ਨਾਲ ਇਸ਼ੂ ਕਰ ਦਿੱਤੇ। ਦੇਖੋ ਜੀ, ਕੱਲ੍ਹ ਮੈਨੂੰ ਇੱਕ ਵੀਡੀਓ ਵਟਸਐਪ 'ਤੇ ਆਈ ਸੀ ਜਿਹਦੇ ਵਿੱਚ ਆਪਣਾ ਚਾਈ ਵਾਲਾ ਉਹਦੇ ਵਿੱਚ ਪੀਜ਼ਾ ਦੇ ਵਿੱਚ ਸਕਰੀਨ ਚੱਲੀ ਫੈਕਟਰੀ ਸੀ। ਜਿਸ 'ਤੇ ਅਸੀਂ ਐਕਸ਼ਨ ਐਂਡੋਇਡ ਨਹੀਂ ਦੇ ਕੇ ਅੱਜ ਅਸੀਂ ਇੱਥੇ ਆਏ ਹਾਂ। ਉਹਨਾਂ ਦੀ ਕਿਚਨ ਦੀ ਇੰਸਪੈਕਸ਼ਨ ਕੀਤੀ ਹੈ, ਕਿਚਨ ਦੇ ਵਿੱਚ ਡਸਟਬਿਨ ਸੀਗੇ ਉਹ ਅਨਕਵਰ ਸੀ, ਔਰ ਦੇਖੋ ਜੀ, ਕੱਲ੍ਹ ਮੈਨੂੰ ਇੱਕ ਵੀਡੀਓ ਵਟਸਐਪ 'ਤੇ ਆਈ ਸੀ ਜਿਹਦੇ ਵਿੱਚ ਜਿਹੜਾ ਆਪਣਾ ਚਾਈ ਵਾਲਾ ਰਣਜੀਤ ਆਦਮੀ ਹੈ ਇਹਦੇ ਇੱਕ ਪੀਜ਼ਾ ਦੇ ਵਿੱਚ ਸਕਰੀਨ ਚੱਲੀ ਫੈਕਟਰੀ ਸੀ, ਜਿਸ 'ਤੇ ਅਸੀਂ ਐਕਸ਼ਨ ਐਂਡੋਇਡ ਨਹੀਂ ਦੇ ਕੇ ਅੱਜ ਅਸੀਂ ਇੱਥੇ ਆਏ ਹਾਂ। ਇਹਨਾਂ ਦੀ ਕਿਚਨ ਦੀ ਇੰਸਪੈਕਸ਼ਨ ਕੀਤੀ ਹੈ, ਕਿਚਨ ਦੇ ਵਿੱਚ ਇਹਨਾਂ ਦੇ ਡਸਟਬਿਨ ਸੀਗੇ ਉਹ ਅਨਕਵਰਡ ਸੀ, ਔਰ ਚੋਪਿੰਗ ਬੋਰਡ ਵੀ ਜਿਹੜੇ ਸੀ ਕੰਟੈਮੀਨੇਟਡ ਸੀ, ਐਂਡ ਕੁਛ ਇੱਕ ਅੱਧਾ ਬੇਸਣ ਦਾ ਪੈਕਟ ਸੀ ਰੱਖ ਕੇ ਹੋਇਆ ਸੀ, ਐਕਸਪਾਇਰਡ ਸੀ, ਉਸਨੂੰ ਅਸੀਂ ਸਟ੍ਰਾਈਕ ਕਰਾ ਦਿੱਤਾ, ਔਰ ਇਹਨਾਂ ਦੇ ਬੈਗ ਨਹੀਂ ਸੀ ਉਹਦਾ ਅਸੀਂ ਸੈਂਪਲ ਲੈ ਲਿਆ, ਜਿਸ ਚਾਈ 'ਤੇ ਪੱਤੀ ਯੂਜ ਕਰਦੇ ਹੋ ਉਹਦਾ ਸੈਂਪਲ ਲੈ ਲਿਆ, ਔਰ ਨਾਲ ਹੀ ਆਪਾਂ ਇਹਨਾਂ ਨੂੰ ਵਾਪਸ ਇਸ਼ੂ ਕਰ ਦਿੱਤਾ। ਜਿਹੜੀ ਮੇਰੀ ਇਹੀ ਹੈ ਕਿ ਸਾਨੂੰ ਡਿਪਾਰਟਮੈਂਟ ਨੂੰ ਲਗਾਤਾਰ ਜਿਹੜਾ ਸੁੰਡੀਆਂ ਵਗੈਰਾ ਵਾਲੇ ਕੰਪਲੇਂਟਸ ਜਿਹੜੀਆਂ ਬੜੇ ਰੈਸਟੋਰੈਂਟਸ ਤੋਂ ਪਿਛਲੇ ਕੱਲ੍ਹ ਸਾਡੇ ਪੈਲਸ ਵਾਲੇ ਕੰਪਲੇਂਟ ਸੀ, ਸੋ ਡਿਪਾਰਟਮੈਂਟ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ
ਸਹੀ ਕਰੋ, ਸਹੀ ਤਰੀਕੇ ਦੇ ਨਾਲ ਆਪਣਾ ਜਿਹੜਾ ਹੈ ਚੀਜ਼ਾਂ ਨੂੰ ਪ੍ਰਪੇਅਰ ਕਰੋ, ਐਕਸਪਾਇਰਡ ਆਈਟਮਸ ਨੂੰ ਜਿਹੜਾ ਹੈਗਾ ਉਹਨਾਂ ਨੂੰ ਬਰਦਾਸ਼ਤ ਕੀਤਾ ਜਾਵੇਗਾ। ਜੇਕਰ ਫਿਰ ਵੀ ਇਹ ਤੁਸੀਂ ਲੋਕ ਨਹੀਂ ਸਮਝਦੇ, ਦੇਖੋ ਗੱਲ ਇਸ ਤਰ੍ਹਾਂ ਹੁੰਦੀ ਹੈ ਜੀ, ਜਿਸ ਤਰ੍ਹਾਂ ਇਹ ਕੀ ਕਰਦੇ ਆ, ਇਹ ਜਿਸ ਤਰ੍ਹਾਂ ਸਾਡੇ ਸਟੋਰਸ ਨੇ ਉੱਥੇ ਕੀ ਹੁੰਦਾ, 15 ਦਿਨ 20 ਦਿਨ ਜਾਂ 30 ਦਿਨ ਪਹਿਲਾਂ ਐਕਸਪਾਇਰੀ ਤੋਂ ਸਮਾਨ ਇਹ ਲੈ ਆਉਂਦੇ ਆ, ਔਰ ਇਹਨਾਂ ਦਾ ਜਿਹੜਾ ਯੂਜ਼ ਘੱਟ ਹੋਣ ਕਰਕੇ ਇਹ ਫਿਰ ਉਸ 'ਤੇ ਧਿਆਨ ਨਹੀਂ ਦਿੰਦੇ ਕਿ ਚੀਜ਼ ਐਕਸਪਾਇਰਡ ਹੋ ਚੁੱਕੀ ਹੈ। ਸੋ ਮੇਰੀ ਹੁਣ ਸਾਡੇ ਵੀ ਸਾਨੂੰ ਕਿਉਂਕਿ ਲਗਾਤਾਰ ਇੱਕ ਤੋਂ ਬਾਅਦ ਕੰਪਲੇਂਟਸ ਆ ਰਹੀਆਂ, ਤਾਂ ਡਿਪਾਰਟਮੈਂਟ ਵੀ ਅਗਰ ਇਹੋ ਜਿਹਾ ਕੰਮ ਤੁਸੀਂ ਲੋਕ ਕਰੋਗੇ ਤਾਂ ਡਿਪਾਰਟਮੈਂਟ ਫਿਰ ਸਖ਼ਤ ਤੋਂ ਸਖ਼ਤ ਐਕਸ਼ਨ ਲਏਗਾ, ਫਿਰ ਨਾ ਕਿਹਾ ਜਾਵੇ ਕਿ ਸਾਨੂੰ ਜਿਹੜਾ ਡਿਪਾਰਟਮੈਂਟ ਤੰਗ ਕਰ ਦੇ। ਦੇਖੋ ਨਹੀਂ, ਚੀਜ਼ ਦਾ ਇਸ ਤਰ੍ਹਾਂ ਹੁੰਦਾ, ਜਦੋਂ ਕੋਈ ਚੀਜ਼ ਦੀ ਅਸੀਂ ਬੈਸਟ ਬਿਫੋਰ ਲਿਖੀ ਹੈ ਡੇਟ, ਇਟ ਮੀਨਸ ਕਿ ਉਸ ਤੋਂ ਬਾਅਦ ਉਹਦੀ ਜਿਹੜੀ ਚੀਜ਼ਾਂ ਦੀ ਖਾਣ ਦੀ ਜਿਹੜੀ ਦੇ ਨਾਲ ਕਈ ਤਰੀਕੇ ਦੀ ਕੰਸਟੀਪੇਸ਼ਨਸ ਆ ਸਕਦੀਆਂ। ਯੈਸ, ਅਗਰ ਕੋਈ ਵੀ ਚੀਜ਼ ਮਤਲਬ ਸਾਲ 2 ਸਾਲ ਤੋਂ ਵੱਧ ਐਕਸਪਾਇਰਡ ਹੈ ਤਾਂ ਓਬਵੀਅਸਲੀ ਉਹਦੇ ਨਾਲ ਕੋਈ ਨਾ ਕੋਈ ਵੀ ਮਿਸਹੈਪਨਿੰਗ ਵੀ ਹੋਣ ਦੇ ਚਾਂਸਿਸ ਰਹੇ। ਤੁਸੀਂ ਜੁਰਮਾਨਾ ਪਾਇਆ ਜਾਂ ਕੋਈ? ਨਹੀਂ, ਅਸੀਂ ਸੈਂਪਲ ਲੈ ਲਏ ਜੀ, ਉਹ ਨਾਲ ਚਲਾਨ ਨਾਲ ਇਸ਼ੂ ਕਰ ਦਿੱਤਾ।